ਇੱਕ ਗ਼ਜ਼ਲ ਦੇ ਕੁਝ ਸ਼ੇਅਰ ਸਾਂਝੇ ਕਰਨੇ ਚਾਹਾਂਗਾ ਕਿ ਯਾਦਾਂ ਵਾਲੇ ਉੱਡਣੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ ਉੱਡਦੇ ਬੈਹਦੇ ਚੁੱਪ-ਚੁੱਪੀ ਤੇ ਦਿਲ ਦੀ ਤਾਰ ਹਿਲਾ ਜਾਂਦੇ ਨੇ ਬਹੁਤ ਖੂਬ ਜੀ ਕਿ ਬਸਤਾ ਇੱਕ ਬੈਠਣ ਲਈ ਬੋਰੀ ਸਭ ਕੁਝ ਮੁੱਢੇ ਤੇ ਟਿਕ ਜਾਵੇ ਬਸਤਾ ਇੱਕ ਬੈਠਣ ਲਈ ਬੋਰੀ ਸਭ ਕੁਝ ਮੁੱਢੇ ਤੇ ਟਿਕ ਜਾਵੇ ਜਦੋਂ ਜਮਾਤੀ ਪੰਜਵੀਂ ਵਾਲੇ ਹੁਣ ਵੀ ਚੇਤੇ ਆ ਜਾਂਦੇ ਨੇ ਬਹੁਤ ਖੂਜੀ ਸ਼ਿਰਕੇ ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੁੰਜਾਂ ਕਿੱਥੇ ਉੱਡ ਗਈਆਂ ਨੇ ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੁੰਜਾਂ ਕਿੱਥੇ ਉੱਡ ਗਈਆਂ ਨੇ ਭਾਵੇਂ ਉਹਨਾਂ ਪਿੰਡਾਂ ਵੱਲੋਂ ਅਜੇ ਪੁਰਾਣੇ ਰਾਹ ਜਾਂਦੇ ਨੇ ਬਹੁਤ ਖੂਜੀ ਸ਼ਿਰਕੇ ਚਾਕੂ ਨਾਲ ਕਲਮ ਨੂੰ ਘੜ ਕੇ ਚਾਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ ਸੀ ਲਿਖਦੇ ਕੱਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ ਸੀ ਲਿਖਦੇ 35 ਅੱਖਰ ਜਗ ਦੇ ਬੁਝਦੇ ਹੁਣ ਵੀ ਰਾਂ ਰੋਸ਼ਨਾ ਜਾਂਦੇ ਨੇ ਬਹੁਤ ਖੋਜ 35 ਅੱਖਰ ਜਗ ਦੇ ਬੁਝਦੇ ਹੁਣ ਵੀ ਰਾਂ ਰੋਸ਼ਨਾ ਜਾਂਦੇ ਨੇ ਸ਼ੇਰ ਹੈ ਕਿ ਅੰਗਰੇਜ਼ੀ ਦੇ ਪੂਰਨਿਆਂ ਤੇ ਤੁਰਨਾ ਭਾਵੇਂ ਸਿੱਖ ਨਹੀਂ ਸਕਿਆ ਅੰਗਰੇਜ਼ੀ ਦੇ ਪੂਰਨਿਆਂ ਤੇ ਤੁਰਨਾ ਭਾਵੇਂ ਸਿੱਖ ਨਹੀਂ ਸਕਿਆ ਉਹਨਾਂ ਬਦਲੇ ਖਾਦੀ ਕੁੱਟ ਦੇ ਚੇਤੇ ਕੰਬਣੀ ਲਾ ਜਾਂਦੇ ਨੇ ਸ਼ੇਰ ਹੈ ਕਿ ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਜ ਰੱਖਿਆ ਸ਼ਾਇਦ ਇਸੇ ਕਰਕੇ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ ਬਹੁਤ ਖੂਜੀ ਸ਼ਾਇਦ ਇਸੇ ਕਰਕੇ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ ਸ਼ੇਰ ਕਮਲਜੀਤ ਕੇ ਸੂਰਜ ਕੰਡੇ ਪੋਚ ਕੇ ਫਟੀਆਂ ਸੂਰਜ ਕੰਡੇ ਪੋਚ ਕੇ ਫਟੀਆਂ ਸੂਰਜ ਕੋਲੋਂ ਧੁੱਪਾਂ ਮੰਗਦੇ ਛੱਪੜ ਕੰਡੇ ਪੋਚ ਕੇ ਫਟੀਆਂ ਛੱਪੜ ਕੰਡੇ ਪੋਚ ਕੇ ਫਟੀਆਂ ਸੂਰਜ ਕੋਲੋਂ ਧੁੱਪਾਂ ਮੰਗਦੇ ਬੱਚੇ ਜਦ ਵੀ ਵੇਖ ਲਵਾਂ ਮੈਂ ਉਮਰਤ ਕੇ ਵੱਲ ਆ ਜਾਂਦੇ ਨੇ ਬਹੁਤ ਖੂਬ ਜੀ ਬੱਚੇ ਜਦ ਵੀ ਵੇਖ ਲਾਵਾਂ ਮੈਂ ਉਮਰ ਸਕੇਵਾਂ ਲਾ ਜਾਂਦੇ ਨੇ ਕੀ ਬਾਤ ਸ਼ੇਰਾ ਕੇ ਆਪਣੇ ਘਰ ਤੋਂ ਪਰਦੇਸਾਂ ਤੱਕ ਆਪਣੇ ਘਰ ਤੋਂ ਪਰਦੇਸਾਂ ਤੱਕ ਰੁਲ ਗਏ ਊੜੇ ਜੂੜੇ ਸਾਰੇ ਬਹੁਤ ਖੂਬ ਆਪਣੇ ਘਰ ਤੋਂ ਪਰਦੇਸਾਂ ਤੱਕ ਰੁਲ ਗਏ ਊੜੇ ਜੂੜੇ ਸਾਰੇ ਵੇਖਣ ਨੂੰ ਜੋ ਜੁਗ ਨੂੰ ਲੱਗਦੇ ਚਿੱਤ ਨੂੰ ਕਰ ਗੁਮਰਾ ਜਾਂਦੇ ਨੇ ਬਹੁਤ ਖੂਬ ਜੀ ਉਹਨਾਂ ਜੇਡ ਨਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ ਉਹਨਾਂ ਜੇਡ ਨਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ ਮਾਲ ਖਜ਼ਾਨੇ ਬਚਪਨ ਵਾਲੇ ਜਿਹੜੇ ਲੋਕ ਪੁਲਾ ਜਾਂਦੇ ਨੇ ਬਹੁਤ ਖੋਜੇ